ਤੇ ਪਾ ਦੇਣੇ ਹੁਣ ਚੱਲ ਸੰਗਤ ਬਹਿ ਗਈ ਬਾਕੀ ਅੱਧੇ ਉੱਧਰ ਤੇ ਬਹਿਣਾ ਤੇ ਚੱਲਦੇ ਆ ਹੁਣ ਆਪਾਂ ਟਰੈਕਟਰ ਧਵਾਉਣ ਆਏ ਹਾਂ ਰਾਤ ਧਵਾ ਨਹੀਂ ਹੋਇਆ ਹਨੇਰਾ ਹੋ ਗਿਆ ਨਾ ਤੇ ਅੱਜ ਜਾਣਾ ਫਤਿਹਗੜ੍ਹ ਸਾਹਿਬ ਜਿਵੇਂ ਤੁਹਾਨੂੰ ਪਤਾ ਹੀ ਆ ਤੇ ਬਾਕੀ ਇੱਧਰ ਧੁੰਦ ਦੇਖੋ ਕੱਲ੍ਹ ਧੁੱਪ ਜੀ ਨਿਕਲਿਆ ਸੀ ਅਤੇ ਐਂ ਤਾਂ ਵੀ ਚੱਲ ਸੋਚ ਨਿਖਰ ਜੀ ਮੌਸਮ ਤਾਂ ਨਿਖਰਿਆ ਨਹੀਂ ਅਤੇ ਹੁਣ ਥੋੜ੍ਹੀ ਰੁਕ ਕੇ ਜਾਵਾਂਗੇ 10 ਕੁ ਤਾਂ ਵੱਜੇ ਜਾਣੇ ਘਰ ਤਾਂ ਕਰਕੇ ਫਿਰ ਟਰੈਕਟਰ ਧਵਾਉਣ ਆ ਗਏ ਅਤੇ ਆਪਾਂ ਇਹਨਾਂ ਨੇ ਵੀ ਲੇਟ ਖੋਲਿਆ ਸਾਡੇ ਉੱਥੇ ਜੀ ਜੇ ਹੀਲਾ ਛੱਡਤਾ ਆਪਾਂ ਨੇ ਅਤੇ ਤਿਆਰੀ ਉੱਧਰ ਸੰਗਤ ਬਹਿ ਗਈ ਟਰਾਲੇ 'ਚ ਅਤੇ ਮੈਂ ਰਹਿ ਗਿਆ ਮੈਂ ਲੇਟ ਹੋ ਗਿਆ ਟਰੈਕਟਰ ਧਵਾਉਣ ਗਿਆ ਤਾਂ ਫਿਰ ਸਪੀਰੇ ਨੂੰ ਵਗੈਰਾ ਨੂੰ ਕਰਨ ਲੱਗਾ ਦਾਣਾ ਪਾਣੀ ਜਿਹਾ ਤਾਂ ਕਰਕੇ ਹੁਣ ਆਪਾਂ ਤਿਆਰ ਹੋ ਗਏ ਅਤੇ ਚੱਲਦੇ ਹਾਂ ਬਾਕੀ ਤੁਹਾਨੂੰ ਦਿਖਾਉਂਦੇ ਉੱਧਰ ਜਾ ਕੇ ਟਰੈਕਟਰ ਅਤੇ ਪਾ ਦੇਣੇ ਹੁਣ ਚੱਲ ਸੰਗਤ ਬਹਿ ਗਈ ਬਾਕੀ ਅੱਧੇ ਉੱਧਰ 'ਤੇ ਬਹਿਣਾ ਅਤੇ ਚੱਲਦੇ ਹਾਂ ਪੈਪ ਸਹੀ ਆ ਹੁਣ ਠੀਕ ਹੀ ਆ ਵੈਸੇ ਤਾਂ ਜ਼ਿਆਦਾ ਫਿਰ ਅੱਗੇ ਨੂੰ ਹੋ ਜਾਣਾ ਡੱਬੂਖ ਭੈਣ ਜੀ ਹੋਰ ਜੀ ਠੀਕ ਹੈ ਕੈਪਟਨ ਸਾਹਿਬ ਲਓ ਜੀ ਚੱਲੇ ਹੁਣ ਫਤਿਹਗੜ੍ਹ ਸਾਹਿਬ ਨੂੰ ਅਤੇ ਪਾ ਕੇ ਚੱਲੇ ਘਰ ਤੋਂ ਚਾਹ ਪਕੌੜੇ ਦਾ ਅਤੇ ਸੰਗਤ ਨੂੰ ਛਕਾਉਣ ਲੱਗੇ ਹਾਂ ਹੁਣ ਇੱਧਰ ਤਾਇਆ ਜੀ ਵੀ ਨਾਲ ਆਏ ਤੇ ਅੱਜ ਚੱਲੇ ਅੱਜ ਦਰਸ਼ਨ ਕਰਨ ਧੁੱਪ ਨਿਕਲ ਗਈ ਮੈਂ ਕਿਹਾ ਨਿਕਲ ਗਿਆ ਆਪਣੇ ਘੱਟ ਸੀ ਆਪਣੇ ਉਰੇ ਬਾਕੀ ਹੁਣ ਚਾਹ ਚੂ ਪੀ ਕੇ ਚੱਲਦੇ ਹਾਂ ਬਈ ਸੰਗਤ ਨੂੰ ਛਕਾ ਦੀ ਆ ਪਕੌੜੇ ਪਕੌੜੇ ਡੰਡੇ ਆਏ ਬਈ ਲੋਟ ਉੱਪਰ ਨੂੰ ਹੁੰਦੇ ਆ ਅਤੇ ਹਵਾ ਨਾਲ ਮੂਹਰੇ ਐਂ ਦਿਖੀ ਜਾਂਦਾ ਨਹੀਂ ਮੂਹਰੇ ਤੋਂ ਤੰਗ ਕਰਦੇ ਲਓ ਬਈ ਪਹੁੰਚ ਕੇ ਫਤਿਹਗੜ੍ਹ ਸਾਹਿਬ ਅਤੇ ਬਾਕੀ ਇੱਧਰਲੀ ਸਾਈਡ ਐਤਕੀ ਪਾਰਕਿੰਗ ਬਣਾਈ ਹੋਈ ਅੱਗੇ ਨਹੀਂ ਚਲੇ ਜਾਂਦਾ ਗੁਰਦੁਆਰੇ ਸਾਹਮਣੇ ਉਹ ਪਾਰਕਿੰਗ ਫੁੱਲ ਇੱਧਰ ਲਾ ਦਿੱਤੇ ਅਤੇ ਟਰੈਕਟਰ ਟਰੂਕਟਰ ਸਾਰੀ ਇੱਧਰ ਖੜੀਆਂ ਗੱਡੀਆਂ ਗੁੱਡੀਆਂ ਅਤੇ ਬਾਕੀ ਹੁਣ ਠੰਡ ਬਹੁਤ ਹੈ ਇੱਧਰ ਧੁੰਦ ਜ਼ਿਆਦਾ ਜੀ ਤੀ ਹੈ ਨਾ ਠੰਡ ਵੀ ਇੱਧਰ ਆ ਗਈ ਜ਼ਿਆਦਾ ਲੱਗੀ ਇੱਕੋ ਲੱਗ ਤਾਂ ਅਤੇ ਬਾਕੀ ਬਈ ਬਾਕੀ ਸਾਰੀ ਸੰਗਤ ਗਈ ਆ ਮੱਥਾ ਟੇਕਣ ਅਤੇ ਆਪਾਂ ਉਰੀ ਹਾਂ ਅਤੇ ਟਰੈਕਟਰ ਕੋਲ ਬਾਕੀ ਸਮਾਨ ਸਮੂਨ ਵੀ ਪਿਆ ਵਿੱਚ ਉਹਦੇ ਕਰਕੇ ਅਤੇ ਹੁਣ ਜਦ ਸੰਗਤ ਮੁੜ ਕੇ ਆਊਂਗੀ ਫਿਰ ਆਪਾਂ ਜਾ ਆਊਂਗੇ ਮੱਥਾ ਟੇਕਣ ਫਿਰ ਉਹਨਾਂ ਨੂੰ ਜਿਹੜਾ ਜੋਤੀ ਸਰੂਪ ਆ ਉਹ ਹਾਂ ਉੱਧਰ ਆਪਾਂ ਇਹਦੇ ਪਰ ਚੱਲਾਂਗੇ ਟਰਾਲਾ ਲੈ ਕੇ ਲੰਘ ਜਾਣਾ ਫਿਰ ਉੱਧਰ ਤੇ ਵਾਪਸ ਆ ਜਾਂਗੇ ਕਿਉਂਕਿ ਤੁਰਨੇ ਨੂੰ ਬਹੁਤ ਆ ਅਤੇ ਟਾਈਮ ਬਹੁਤ ਲਾ ਦੇਣਾ ਇਹਨਾਂ ਨੇ ਤਾਂ ਕਰਕੇ ਫਿਰ ਆਪਾਂ ਜੇ ਹੋ ਸਕਿਆ ਤਾਂ ਸ਼ਾਮ ਨੂੰ ਚਮਕੌਰ ਵੀ ਮੱਥਾ ਟੇਕ ਲਾਂਗੇ ਹੈ ਨਾ ਚਮਕੌਰ ਸਾਹਿਬ ਜੇ ਟਾਈਮ ਨਾਲ ਪਹੁੰਚ ਗਏ ਤਾਂ ਇਹ ਨਾ ਟਾਈਮ ਹੀ ਬਹੁਤ ਹੋ ਗਿਆ ਕਿੰਨੇ ਵਜੇ ਪਹੁੰਚੇ ਆਪਾਂ ਪਿੰਡ ਤੋਂ ਹੀ ਨਿਕਲ ਹੋਇਆ ਛੇਤੀ ਛੇਤੀ ਕਿੰਨਾ ਹੋ ਗਿਆ ਉਹ 11 ਕੁ ਵਜੇ ਤੁਰੇ ਫਿਰ ਘੰਟਾ ਤਾਂ ਲੱਗੇ ਗਿਆ ਸਮਝ ਲਾ ਆਏ ਵੀ ਆਰਾਮ ਗੱਲੇ ਆ ਜ਼ਿਆਦਾ ਭਜਾ ਕੇ ਵੀ ਨਹੀਂ ਆਏ ਅਤੇ ਬਾਕੀ ਹੁਣ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਅਤੇ ਮੈਂ ਕਾਹਨੂੰ ਲੇਟ ਤੁਰਿਆ ਯਾਰ ਘਰ ਦਿਓ ਨਹੀਂ ਨਿਕਲਦੇ ਹੋਰ ਚੱਲ ਆਪਾਂ ਵੀ ਉਹ ਰਾਤ ਹਨੇਰਾ ਹੋ ਗਿਆ ਨਾ ਨਹੀਂ ਰਾਤ 'ਤੇ ਧਵਾ ਦਿੰਦੇ ਟਰੈਕਟਰ ਫਿਰ ਤਾਂ ਮੈਂ ਖੇਚੀ ਚਲਾਉਣੇ ਦੇ ਅਤੇ ਚੱਲ ਬਾਕੀ ਚੱਲਦੇ ਹਾਂ ਫਿਰ ਬਾਅਦ 'ਚੋਂ ਦਰਸ਼ਨ ਕਰਨ ਹਾਂ ਬਾਈ ਬੋਲ ਨਹੀਂ ਤੂੰ ਕਾਹਦੇ ਇਕੱਠਾ ਹੋਇਆ ਪਿਆ ਠੰਡੇ ਬਹੁਤ ਹੈ ਯਾਰ ਹਵਾ ਚੱਲਦੀ ਹੈ ਬਹੁਤ ਠੰਡੀ ਇੱਕ ਇੱਥੇ ਟਰਾਲਾ ਖੜਾ ਤਾ ਉਹ ਵੀ ਸਾਈਡ ਹੋ ਗਿਆ ਹੋਰ ਹਵਾ ਲੱਗਣ ਲੱਗ ਗਈ ਅਤੇ ਚੱਲਦੀ ਬਹੁਤ ਹੈ ਜੇ ਧੁੰਦ ਜੀ ਬਹੁਤ ਠੰਡ ਬਹੁਤ ਲੱਗਦੀ ਆ ਉਰੇ ਬਹਿ ਜਾ ਇੱਥੇ ਨਿੱਘੇ 'ਚ ਠੰਡਾ ਹੋ ਗਿਆ ਫਿਰ ਟਰੈਕਟਰ ਗਰਮ ਹੋਇਆ ਵਾ ਤਾਂ ਉੱਥੇ ਬੈਠੇ ਗਏ ਤਾਂ ਸਰਾਣੇ ਜਾਂ ਨਿੱਘੇ ਜਾਂ ਨਹੀਂ ਅੱਗ ਨਾ ਬਾਲ ਲਈ ਉਹ ਲੱਕੜੀਆਂ ਪਈਆਂ ਸਿੱਕਣਾ ਸ਼ੁਰੂ ਕਰੀਏ ਇੱਧਰ ਜੋਤੀ ਸਰੂਪ ਗੁਰਦੁਆਰੇ ਕੋਲ ਆ ਗਏ ਅਸੀਂ ਅਤੇ ਉੱਧਰ ਦਰਸ਼ਨ ਕਰਾ ਆਉਂਦੇ ਤੇ ਅਤੇ ਆਪ ਵੀ ਜਾਇਆ ਅਤੇ ਅਸੀਂ ਉਹਦੇ ਬਾਅਦ ਬਾਕੀ ਮੋਤੀ ਮਹਿਰੇ 'ਤੇ ਵੀ ਜਾ ਕੇ ਸਾਰੇ ਪਾਸੇ ਨੂੰ ਦਰਸ਼ਨ ਕਰਾ ਕੇ ਲੈ ਕੇ ਜਾਣਾ ਉੱਥੇ ਵੀ ਕਰਾ ਲਿਆਂਦੇ ਅਤੇ ਹੁਣ ਉਹਦੇ ਤੋਂ ਬਾਅਦ ਆਉਣੇ ਆ ਘਰ ਨੂੰ ਚੱਲੇ ਅਤੇ ਹੋਇਆ ਟਾਈਮ ਤਾਂ ਚਮਕੌਰ ਸਾਹਿਬ ਜ਼ਰੂਰ ਮੱਥਾ ਟੇਕਾਂਗੇ ਕਿਉਂਕਿ ਆਪਾਂ ਨੂੰ ਤਾਂ ਲੋਕਲ ਪੈਂਦਾ ਹੋਰ ਵੀ ਸੰਗਤ ਆਪਣੀ ਆ ਸਕਦੀ ਉੱਥੇ ਤਾਂ ਉਰੇ ਦਾ ਹੁੰਦਾ ਦੂਰ ਦਾ ਚਲੋ
बाकी हम चलते इधर संगत तार लगे और फिर इधर ही ट्राला लावे इधर बनाई हुई है पार्किंग भी कर लो दर्शन दोबारा साहब। लो जी आप घर आ गए तो चमकौर साहब तो जानी नेरा हो गया खा पी तो ठंड बहुत आदि करके हम फिर न्याणे भी नाल गए तो छोटे तो उदा करके फिर आप रुके नहीं तो घर न आ गए सीधे तो बाकी चमकौर साहब तो अपन बी लागे पैंता तो आप सारे जाए आने वैसे उत्थे तो बाकी अद्धा ब्लॉग बी इत तक मिलते हैं किसी होर ब्लॉग से। सत श्रीकाल जी सारे जी पाए थे अच्छे रोपड़ तो कल का ब्लॉग पे नहीं हम फतेहगढ़ साहब का तो टाइम लग गया थोड़ा ज़्यादा नेरा हो गया था वो करके तो अज अपने बई बाहर गए वे जिससे बई नहीं है तो उन्होंने जीप का कम करवाना था उन्होंने बहर से आना तो उन्होंने बेटा आया हुआ था अच्छे जीप का कम करवा तो आप दीपी भीरे को लेके आए थे क्लच क्लुच का कम होना था बाकी पिछे सिलेंडर सिलूंडर जे पैने थे सारा कुछ करा दिता पर हम ट्राई लेने आए पे हाँ थोड़ा दिखाने जीप लो जी आ जीप है तो बाकी हूँ तो हो गया ना लोड है ना क्लच गेर है हूँ तो बन गई गल है ना पता क्या उधर मिस्त्री नहीं है गड्डी वाले थोड़ा पता यह जहाँ कम आता होंगे जोड़े होर गड्डिया का कम करते जीप का कोई कोई वो कर सकता बी देख लो गेयर खड़ा के पा के दिखाई एक बार गेयर कट कट बहुत करता था हूँ ऐन सही हो गया पहला पा दे लो पहला बैक पहला आके पे ही नहीं अंकल ने दूए च तुरी इतने ते भी जब आए असि हूँ ऐन बनाती गलबात जीप बई मोगे से तैयार करवाई थी बई इन्होंने पूरी बंद करी ली है देखो थार वाली कम बनाया पाया पलैरो वाला ये इंजन पांच गेरे हैं तो हम ट्राई लेन आए हुए हैं इधर वधिया तो यार उठ दी है ना पूरी चलो ऊ तो सही आ जिने जोगी भी आ इंजन क्या ओ भी घट आ बधा दे यार पिकअप अभी कह रेसा च लेके जानी है चलती चाहिए सानू वधिया लो जी अपना घर आ गए तो समा बी कल का नहा भी नहीं होया तो हम गुरुद्वारे जाना अपने तो वो करके हम नहा धो के करते हैं कम नबेड़ते हैं तो हीरे को घुमा के आए थे मुंडे फोटो फूटो खिंचन आए थे हीरे ना तो हम नहाने बी तो लो जी तो अपने सारे कम कर भी नबेड़ लेते तो बाकी बी हूँ ना ट्रैक्टर का अपन अल्टीनेटर चेंज करना पैना देखो री लाया अपने पलड़ पा के तो अल्टीनेटर चेंज करना पैना ये बैटरी सौंगी जमी देख एक अपन इदा पार्टी वाले दिन गाने लाए हुए थे करके अल्टीनेटर बड़ा लाना पैना अपन लिया के तो आप देखते हैं स्कॉर्पियो या बड़ी गड्डी तो लिया के लावे क्योंकि इस हिसाब ना तो बहुत कम खराब होता सियाल से तंग करता गर्मियों नहीं क्योंकि उत्तर चल के भी आया जिनी क चलाई हुई जाती उन्नी क खपत हुई जाती है अल्टीनेटर पूरा नहीं कर सकता करंट छोटा होंगे यदा तो आप 120 अंपेयर का लाएंगे तो बाकी निका लाइटा जड़िया मोहरे लगिया हुई ये भी बड़ी तंग कर लगे क्योंकि अपने बैंपर ऊंचा चक्के लाया हुआ ना लाइटा के सामने ही आदि करके थले नहीं दिखता जो डाउन लाइट करके बड़िया बड़िया लाइटा लिया के लाऊंगे आप थोड़े रुके टाइम च क्योंकि अजे तो कम चला लेना बार दा मुरे चलो हो जाता चानना आता हैडलाइटा का यह जरूरी काम करना पैना अल्टीनेटर आप देखते हूँ दो चार दिन लेके आने फिटिंग करवानी पैनी है पहला तो फिटिंग करके फिर उसके बाद तारा तूर करावे लोट तो बाकी इधर
ਟੈਸ਼ਨਰ ਸੈ ਲਾਡੋ ਇੱਧਰ ਇਹ 'ਚ ਬਹਿੰਦੀ ਆ ਹੁਣ ਪਿੰਜਰੇ 'ਚ ਦੋ ਜਣੇ ਇਕੱਠੇ ਹੀ ਬਹਿੰਦੇ ਆ ਇਹਨੇ ਸਰਾਣਾ ਪਾੜਤਾ ਸਾਰਾ ਹੀ ਇੰਨਾ ਸਰਾਣਾ ਦਾ ਉਹ ਸਾਰਾ ਹੀ ਪਾੜ ਛੱਡਿਆ ਬਾਕੀ ਇੱਧਰ ਹੀਰੇ ਨੂੰ ਬੰਨਦੇ ਆ ਉਰੇ ਉਹ ਪਛਾੜੀ ਲਾ ਦਿੰਦੇ ਢਿੱਲੀ ਜਿਹੀ ਕਰਕੇ ਉਰੇ ਬੰਨ ਦਿੰਦੇ ਥੱਲੇ ਹੁਣ ਸੁੱਕ ਵੀ ਕਰ ਦੇਣੀ ਆਪਾਂ ਨੇ ਅਤੇ ਦਾਣਾ ਆਹ ਦੇਖੋ ਇਹਨੇ ਜ਼ਖਮ ਕਰਾ ਲਿਆ ਪਿੱਛੇ ਨਾ ਪਿੰਜਰੇ ਨਾਲ ਲੱਗ ਲੱਗ ਕੇ ਉਹ ਦੇਖੋ ਜੋ ਉੱਤੇ ਹੈ ਹੀਰੇ ਲੱਤਾਂ ਕਾਹਨੂੰ ਕਰਦਾ ਰਾਤ ਨੂੰ ਉਹਦੇ ਕਈ ਵਾਰ ਪਿੰਜਰੇ 'ਤੇ ਲੱਤਾਂ ਚਲਾਉਣ ਲੱਗ ਜਾਂਦਾ ਅਤੇ ਅੱਜ ਮੈਂ ਸਵੇਰੇ ਲੰਘ ਗਿਆ ਤਾਂ ਉਹਦੇ ਕਰਕੇ ਸੁੱਕਿਆ ਨਹੀਂ ਮੈਂ ਸੁਕਾ ਦਿੰਦਾ ਮੈਟ ਚੱਕ ਕੇ ਕਿੱਲਾ ਜਿਹਾ ਆਇਆ ਹਜੇ ਵੀ ਬਾਕੀ ਦਾਣਾ ਦੂਣਾ ਪਾਇਆ ਹੋਇਆ ਬਾਕੀ ਆਹ ਦੋ ਤਿੰਨ ਰਹਿ ਗਈਆਂ ਬਾਕੀ ਆਪਾਂ ਨੇ ਬਾਈ ਸਾਰੀ ਵੇਚਦੇ ਡੰਗਰ ਕਿਉਂਕਿ ਬਾਈ ਤੰਗ ਬਹੁਤ ਹੁੰਦੇ ਤੇ ਹੈ ਨਾ ਜਿੰਨੀ ਖੇਚਲ ਅਤੇ ਖਰਚਾ ਹੁੰਦਾ ਉਹਦਾ ਚਲੋ ਖਰਚਾ ਤਾਂ ਬਾਈ ਆਪਾਂ ਨੋਰਮਲ 'ਚ ਹੀ ਕਰਨਾ ਪੈਂਦਾ ਕਿਉਂਕਿ ਇੱਕ ਪੱਲੇ ਦੇ ਕਰਕੇ ਕਰੂੰਗੇ ਵੀ ਕਿਆ ਅਤੇ ਜਿੰਨਾ ਕੁ ਆਪਾਂ ਨੇ ਹੈ ਨਾ ਉਹ ਤਾਂ ਉੱਨੇ ਕੁ ਰੱਖ ਲਏ ਦੁੱਧ ਜੋਗੇ ਇੱਕ ਸੂਣੇ ਵਾਲੀ ਇੱਕ ਦੁੱਧ ਦਿੰਦੀ ਆ ਅਤੇ ਬਾਕੀ ਆਪਾਂ ਨੇ ਵੇਚਤੇ ਸਾਰੇ ਦੇ ਦਿੱਤੇ ਕਿੰਨੀਆਂ ਕਿੰਨੀਆਂ ਦੋ ਦੋ ਕਿਲੋ ਦੁੱਧ ਦਾ ਉਹ ਐਵੇਂ ਦੇ ਦਿੱਤੀਆਂ ਜਾਏ ਆਪਾਂ ਨੂੰ ਜਰਸੀ ਸ਼ਾਹੀਵਾਲ ਦੀਆਂ ਜਿਹੜੀਆਂ ਬਾਕੀ ਆ ਦੋ ਛੇਲੀਆਂ ਰੱਖੀਆਂ ਵੀਆਂ ਕੰਮ ਆਪਾਂ ਨੇ ਘਟਾ ਦਿੱਤਾ ਜਾਂ ਹੁਣ ਬਾਪੂ ਵੀ ਆਪਣਾ ਬੇਫਿਕਰ ਹੋ ਗਏ ਆਪਣਾ ਉੱਥੇ ਦਾ ਆਰਾਮ ਕਰ ਸਵੇਰੇ ਨਹੀਂ ਤਾਂ ਸਾਜਰੇ ਭੱਜਣ ਇਕੱਠਾ ਕਰੋ ਬਚਦਾ ਫਿਰ ਨਹੀਂ ਤਾਂ ਦੁੱਧ ਵੀ ਨਹੀਂ ਲੱਗਦਾ ਨਾ ਦੁੱਧ ਦਿੰਦੀਆਂ ਦੀਆਂ ਨਾ ਗਾਹਾਂ ਨੂੰ ਸੂਣੀਆਂ ਲੱਗਦੀਆਂ ਨਵੇਂ ਦੁੱਧ ਹੁੰਦੀਆਂ ਦੀਆਂ ਉਹਦੇ ਕਰਕੇ ਆਪਾਂ ਨੇ ਸੇਲ ਕਰਤੀਆਂ ਬਾਕੀ ਇੱਧਰ ਆਹ ਟਾਇਰ ਪਏ ਆ ਹੁਣ ਟਾਇਰਾਂ ਨੂੰ ਵੀ ਬਾਈ ਪਾ ਕੇ ਚਲਾਉਂਗੇ ਹੁਣ ਥੋੜ੍ਹਾ ਟਾਈਮ ਕਿਉਂਕਿ ਇਸ ਹਿਸਾਬ ਨਾਲ ਖਰਾਬ ਹੋ ਜਾਣੇ ਪਏ ਟਾਇਰ ਆਪਾਂ ਨੇ ਸੇਲ ਨਹੀਂ ਕਰੇ ਤੇ ਇਹ ਰੱਖ ਲਏ ਤੇ ਆਪਾਂ ਨੇ ਘਰੇ ਹਾਂ ਪੁੱਤ ਅਤੇ ਠੰਡ ਉਰੇ ਗਰਮੈਸ਼ ਹੋ ਜਾਂਦੀ ਪੂਰੀ ਸੁੱਕ ਸੱਕ ਕਰ ਦੀ ਦੀ ਆ ਥੱਲੇ ਅਤੇ ਹੁਣ ਹੀਰੇ ਥੱਲੇ ਸੁੱਕ ਕਰ ਦਿੰਦੇ ਥੋੜ੍ਹੀ ਜੀ ਬਾਕੀ ਆ ਜ਼ਖਮ ਕਰਾ ਲਿਆ ਨੇ ਪਤੰਦਰ ਨੇ ਜ਼ਖਮ ਵੀ ਛਿੱਲ ਲਿਆ ਉਹ ਖਰੀਣ 'ਚ ਆਇਆ ਬੇਟਾ ਉਹ ਛਿੱਲ ਲਿਆ ਨੇ ਬਾਕੀ ਹੁਣ ਅੱਧਾ ਬਲੌਗ ਬਾਈ ਇੱਥੇ ਤੱਕ ਮਿਲਦੇ ਹਾਂ ਕਿਸੇ ਹੋਰ ਬਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।